ਅਦਾਕਾਰਾ ਹਿਮਾਂਸ਼ੀ ਖੁਰਾਨਾ ਤੇ ਆਸਿਮ ਰਿਆਜ਼ ਦਾ ਹੋ ਗਿਆ ਏ ਬ੍ਰੇਕਅਪ। ਜੀ ਹਾਂ, ਇਸ ਵਾਰ ਇਹ ਗੱਲ ਇਸ ਕਰਕੇ ਕਨਫਰਮਡ ਹੈ ਕਿਉਂਕਿ ਹਿਮਾਂਸ਼ੀ ਖੁਰਾਨਾ ਨੇ ਆਪ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਜੀ ਹਾਂ, ਹਿਮਾਂਸ਼ੀ ਖੁਰਾਨਾ ਤੇ ਆਸਿਮ ਰਿਆਜ਼ ਹੁਣ ਦੋਵੇਂ ਇਕੱਠੇ ਨਹੀਂ ਹਨ। ਕਾਫੀ ਟਾਈਮ ਤੋਂ ਦੋਵੇਂ ਇੱਕ ਦੂਸਰੇ ਨੂੰ ਡੇਟ ਕਰ ਰਹੇ ਸੀ। ਰੀਸੈਂਟਲੀ ਆਪਣੇ ਟਵਿੱਟਰ ਦੇ ਉੱਤੇ ਹਿਮਾਂਸ਼ੀ ਖੁਰਾਨਾ ਨੇ ਲਿਖਿਆ, ਹਾਂ ਅਸੀਂ ਇਕੱਠੇ ਨਹੀਂ ਹਾਂ, ਸਾਡਾ ਆਪਸ ਦੇ ਵਿੱਚ ਜੋ ਵੀ ਟਾਈਮ ਬੀਤਿਆ ਉਹ ਕਾਫੀ ਚੰਗਾ ਸੀ, ਲੇਕਿਨ ਸਾਡਾ ਸਾਥ ਹੁਣ ਖਤਮ ਹੋ ਰਿਹਾ ਹੈ। ਸਾਡੇ ਰਿਲੇਸ਼ਨਸ਼ਿਪ ਦੀ ਜਰਨੀ ਬਹੁਤ ਚੰਗੀ ਰਹੀ ਹੈ, ਲੇਕਿਨ ਹੁਣ ਇਹ ਅੱਗੇ ਨਹੀਂ ਵਧੇਗੀ ਤੇ ਅਸੀਂ ਆਪਣੀ ਜ਼ਿੰਦਗੀਆਂ ਦੇ ਵਿੱਚ ਅੱਗੇ ਵੱਧ ਰਹੇ ਹਾਂ ਤੇ ਸਾਡੇ ਰਿਲੀਜਨ ਡਿਫਰੈਂਟ ਹੋਣ ਕਰਕੇ ਅਸੀਂ ਆਪਣੇ ਪਿਆਰ ਦਾ ਬਲੀਦਾਨ ਦੇ ਰਹੇ ਹਾਂ ਤੇ ਸਾਡੇ ਦਿਲਾਂ ਦੇ ਵਿੱਚ ਇੱਕ ਦੂਸਰੇ ਵਾਸਤੇ ਕੋਈ ਵੀ ਖਟਾਸ ਨਹੀਂ ਹੈ। ਤੁਸੀਂ ਸਾਡੀ ਪ੍ਰਾਈਵੇਸੀ ਦੀ ਰਿਸਪੈਕਟ ਕਰੋ, ਇਹ ਲਿਖਿਆ ਹੈ ਹਿਮਾਂਸ਼ੀ ਖੁਰਾਨਾ ਨੇ ਆਪਣੇ ਰੀਸੈਂਟ ਟਵੀਟ ਦੇ ਵਿੱਚ। ਜੀ ਹਾਂ, ਹਿਮਾਂਸ਼ੀ ਖੁਰਾਨਾ ਤੇ ਆਸਿਮ ਰਿਆਜ਼ ਦੀ ਜੋੜੀ ਬਿਗ ਬੌਸ 13 ਦੇ ਵਿੱਚ ਬਣੀ ਸੀ। ਉਸ ਤੋਂ ਬਾਅਦ ਦੋਹਾਂ ਨੇ ਕਈ ਗੀਤਾਂ ਦੇ ਵਿੱਚ ਇਕੱਠੇ ਕੰਮ ਕੀਤਾ, ਦੋਹਾਂ ਨੇ ਇਕੱਠੇ ਕਈ ਵਾਰ ਸਪੌਟ ਵੀ ਕੀਤਾ ਗਿਆ ਤੇ ਰੀਸੈਂਟਲੀ ਦੋਹੇ ਛੁੱਟੀਆਂ ਤੇ ਵੀ ਗਏ ਸੀ, ਲੇਕਿਨ ਹੁਣ ਦੋਹਾਂ ਨੇ ਆਪਣੇ ਰਿਸ਼ਤੇ ਨੂੰ ਖਤਮ ਕਰ ਦਿੱਤਾ ਹੈ, ਜਿਸ ਦੀ ਪੁਸ਼ਟੀ ਹਿਮਾਂਸ਼ੀ ਖੁਰਾਨਾ ਨੇ ਆਪ ਕੀਤੀ ਹੈ।